ਹਾਂਜੀ ਹੁਣ ਆਪਾਂ ਕਰਨ ਜਾ ਰਹੇ ਹਾਂ ਐਕਸਰਸਾਈਜ਼ 7.1 ਦਾ ਥਰਡ ਸਮ 2 ਜਿਹੜਾ ਸਮ 2 ਕੀਤਾ ਸੀ ਆਪਾਂ ਸੈਕਿੰਡ ਸਮ ਦੀ ਤਰ੍ਹਾਂ ਹੀ ਹੈ ਬਸ ਡਿਫਰੈਂਸ ਇੰਨਾ ਹੀ ਹੈ ਕੀ ਕਹਿ ਰਿਹਾ ਉਹ ਕਹਿੰਦਾ ਫਾਈਂਡ ਦ ਸਮਾਲੈਸਟ ਨੰਬਰ ਬਾਈ ਵਿਚ ਈਚ ਆਫ ਦ ਫੋਲੋਇੰਗ ਨੰਬਰਸ ਮਸਟ ਬੀ ਡਿਵਾਈਡਡ ਟੂ ਅਟੇਨ ਅ ਪਰਫੈਕਟ ਕਿਊਬ ਅਸੀਂ ਉਹਦੇ ਚੋਂ ਸਮਾਲੈਸਟ ਨੰਬਰ ਨਿਕਾਲਿਆ ਸੀਗਾ ਕਿ ਜਿਹਦੇ ਨਾਲ ਮਲਟੀਪਲਾਈ ਕਰਨ ਤੇ ਪਰਫੈਕਟ ਕਿਊਬ ਆ ਜਾਵੇ ਪਰ ਇੱਥੇ ਵਿੱਚ ਇੱਥੇ ਸਾਨੂੰ ਉਹਨੇ ਕੀ ਕਿਹਾ ਕਿ ਜਿਹਦੇ ਨਾਲ ਅਸੀਂ ਉਹਨੂੰ ਡਿਵਾਈਡ ਕਰ ਦਈਏ ਪ੍ਰੋਸੀਜਰ ਉਹ ਵੀ ਹੈ ਆਪਾਂ ਦੇਖਾਂਗੇ ਕਿਹੜਾ ਪਰਫੈਕਟ ਕਿਊਬ ਜਿਹੜਾ ਤਿੰਨ ਦਾ ਗਰੁੱਪ ਨਹੀਂ ਬਣ ਰਿਹਾ ਉਹਦੇ ਨਾਲ ਅਸੀਂ ਕੀ ਕਰ ਦੇਵਾਂਗੇ ਡਿਵਾਈਡ ਤਾਂ ਦੇਖੋ ਫਸਟ ਸਮ ਹੀ ਆਪਣੇ ਕੋਲ 81 ਕਿਉਂਕਿ ਜੋ ਵੀ ਹੈ ਸਾਨੂੰ ਪਹਿਲਾਂ ਫੈਕਟਰ ਨਿਕਾਲਨੇ ਪੈਣੇ ਸਾਨੂੰ ਪਤਾ ਕਰਨਾ ਪੈਣਾ ਕਿ ਕਿਹੜਾ ਤਿੰਨ ਦੇ ਗਰੁੱਪ ਨਹੀਂ ਬਣਾ ਰਿਹਾ ਹੁਣ 1 ਆਡ ਹੈ ਦੈਟ ਮੀਨਸ ਕਿਤੇ ਜਾਵਾਂਗੇ 3 ਤੇ 3 2s ਆ 6 7 8 2 ਕੈਰੀ ਔਰ 3 7s ਆ 21 ਅਗੇਨ 27 ਆਡ ਹੈ 3 9s ਆ 27 3 3s ਆ 9 ਔਰ 3 1s ਆ 3 ਹੁਣ ਆਪਾਂ ਜੇ ਧਿਆਨ ਨਾਲ ਦੇਖੀਏ ਤੇ ਇੱਕ 3 ਦਾ ਗਰੁੱਪ 3 ਦਾ ਬਣ ਰਿਹਾ ਵਾ ਬਟ ਇੱਕ 3 ਕੀ ਹੈ ਐਕਸਟਰਾ ਹੈ ਜੇ ਇਹਨੂੰ ਅਸੀਂ ਡਿਵਾਈਡ ਕਰ ਦਈਏ ਰਿਮੂਵ ਕਰ ਦਈਏ ਤਾਂ ਦੈਟ ਮੀਨਸ ਜਿਹੜਾ ਵੀ ਨੰਬਰ ਬਚੂਗਾ ਉਹ ਕੀ ਹੋ ਜਾਊਗਾ ਪਰਫੈਕਟ ਕਿਊਬ ਸਾਡਾ ਸਮਾਲੈਸਟ ਨੰਬਰ ਕੀ ਆ ਗਿਆ 3 ਬਟ ਇਹਨੂੰ ਲਿਖਾਂਗੇ ਆਪਾਂ 81 ਸਾਡਾ ਕਿਹਦੇ ਇਕੁਅਲ ਹੈ ਇਹ ਕੰਪਲੀਟ ਬਣ ਰਿਹਾ ਗਰੁੱਪ ਬਟ ਇਹ ਕੰਪਲੀਟ ਨਹੀਂ ਬਣ ਰਿਹਾ ਆਪਾਂ ਲਿਖਾਂਗੇ ਇੱਥੇ 81 ਦੇ ਫੈਕਟਰ ਇਹ ਹੈਗੇ ਨੇ 3 ਇਜ਼ ਨਾਟ ਅਪੀਅਰ ਇਨ ਗਰੁੱਪ ਆਫ 3s ਦੇਅਰਫੋਰ ਡਿਵਾਈਡ ਬਾਈ 3 ਡਿਵਾਈਡ ਬਾਈ 3 3 ਦੇ ਨਾਲ ਅਸੀਂ ਕੀ ਕਰ ਦਈਏ ਡਿਵਾਈਡ ਜੇ ਅਸੀਂ ਇਹਨੂੰ 3 ਦੇ ਨਾਲ ਡਿਵਾਈਡ ਕਰ ਦੇਵਾਂਗੇ ਡਿਵਾਈਡ ਸਿੰਪਲੀ ਲੈ ਲੈਂਦੇ ਹਾਂ ਅਤੇ ਕੈਂਸਲ ਹੋ ਜਾਊਗਾ ਅਤੇ ਕੀ ਬਣ ਜਾਊਗਾ ਪਰਫੈਕਟ ਕਿਊਬ ਦੈਟ ਮੀਨਸ ਸਮਾਲੈਸਟ ਨੰਬਰ ਇਜ਼ 3 ਕਿਉਂਕਿ 3 ਦੇ ਨਾਲ ਡਿਵਾਈਡ ਕਰਾਂਗੇ ਤਾਂ ਕੀ ਬਣ ਜਾਊਗਾ 20 ਪਰਫੈਕਟ ਕਿਊਬ ਹੁਣ ਤੇ 3 ਨਾਲ ਡਿਵਾਈਡ ਕਰਨ ਤੇ ਕੀ ਆ ਜਾਊਗਾ 27 ਕੀ ਇੱਕ ਪਰਫੈਕਟ ਕਿਊਬ ਓਕੇ